ਆਸ ਪਾਸ ਸੂਰਜ ਇੰਜ ਰਹੇ ਕੋਟੇ ਤੋਂ ਆਇਓ ਇਹ ਫਿਕਸ ਹੋਇਆ ਜੇ ਫਿਕਸ ਹੋਇਆ ਇੱਧਰ ਮੂੰਹ ਕਰੋ ਕਿਹੜੇ ਜਾਨਵਰ ਨਾਲ ਬਸ ਇੱਥੇ ਰਹਿ ਗਿਆ ਜੀ ਕੋਟੇ ਤੋਂ ਆਇਆ ਜੀ ਜਾਨਵਰ ਉੱਤੇ ਥੱਲੇ ਵੇ ਉੱਤੇ ਥੱਲੇ ਲਾਉਣਾ ਅੱਛਾ ਅੱਛਾ ਬੜਾ ਜ਼ੋਰ ਮਾਰਦਾ ਮੈਂ ਤੇਰਾ ਵੀਡੀਓ ਬਣਾ ਲਵਾਂ ਨਾਂ ਕੀ ਇਹਦਾ ਜਾਨਵਰ ਦਾ ਜਾਨਵਰ ਦਾ ਕੀ ਨਾਂ ਹੈ ਤੈਂਦਵਾ ਵਾਹ ਜੀ ਵਾਹ ਤੈਂਦਵਾ ਜਾਨਵਰ ਦਾ ਨਾਂ ਜੀ ਮਾਲ ਦਾ ਜਾਨਵਰ ਕਿਹੜੀ ਜਗ੍ਹਾ ਤੋਂ ਆਇਆ ਜਾਨਵਰ ਪਿੰਡੀ ਤੋਂ ਕੋਟਾ ਰਸ਼ ਸਤੀਆਂ ਦੇ ਇਲਾਕੇ ਤੋਂ ਇਹਦਾ ਮੂੰਹ ਇੱਧਰ ਕਰੋ ਜੀ ਤਾਂ ਜੀ ਇੱਧਰੋਂ ਤਾਂ ਸ਼ੋਰ ਬੜਾ ਆਉਂਦਾ ਇੰਜ ਕਰੋ ਬਸ ਤੁਹਾਡਾ ਕੀ ਨਾਂ ਹੈ ਸਰ ਅਰੁਣ ਸਾਹਿਬ ਜੀ ਅਰੁਣ ਸਾਹਿਬ ਜੀ ਕੋਟੇ ਤੋਂ ਬੜਾ ਅੱਛਾ ਜਾਨਵਰ ਜੀ ਅਤੇ ਇਹਨੂੰ ਫਿਕਸ ਨਹੀਂ ਕੀਤਾ ਉੱਤੇ ਥੱਲੇ ਵਾਹ ਜੀ ਵਾਹ ਮੂੰਹ ਇੱਧਰ ਕਰੋ ਸੋਹਣਾ ਜਾਨਵਰ ਹੈ ਜੀ ਮਾਸ਼ਾਅੱਲਾ ਅੱਜ ਜੀ ਕੋਟੇ ਆਪਣਾ ਮੰਡੀ ਬਾਬਲ ਦੀਨ ਮੌਜੂਦ ਜੀ ਲੜਨ ਵਾਸਤੇ ਅੱਛਾ ਜਾਨਵਰ ਜੀ ਕਮਾਲ ਦਾ ਜਾਨਵਰ ਜਾਨਵਰ ਪਸੰਦ ਆਵੇ ਜਨਾਬ ਕਮੈਂਟ 'ਚ ਜ਼ਰੂਰ ਦੱਸੋ ਜੀ ਇਹ ਕੋਟੇ ਵਾਲਿਆਂ ਦਾ ਜਾਨਵਰ ਕੈਸਾ ਜੀ ਅਰੁਣ ਕਿਆਨੀ ਸਾਹਿਬ ਜਨਾਬ ਆਲ ਮੁਕੀਮ ਸਾਊਦੀਆ ਜੀ ਬੜੇ ਅੱਛੇ ਇਨਸਾਨ ਜੀ ਬੜੇ ਅੱਛੇ ਸ਼ਿਕਾਰੀ ਜੀ ਕੋਟੇ ਤੋਂ ਤਲਕ ਹੈ ਜੀ ਅਤੇ ਮਿਆਣਾ ਗੋਂਦਲ ਮੌਜੂਦ ਗਰਾਊਂਡ ਜਾਨਵਰ ਜੀ ਇਹਦਾ ਨਾਂ ਕੀ ਦੱਸਿਆ ਜਾਨਵਰ ਦਾ ਤੈਂਦਵਾ ਤੈਂਦਵਾ ਨਾਂ ਜੀ ਇਹਦਾ ਕਮਾਲ ਹੈ ਜਾਨਵਰ ਪਸੰਦ ਆਵੇ ਕਮੈਂਟ 'ਤੇ ਜ਼ਰੂਰ ਦੱਸੋ ਜੀ ਅਤੇ ਛੋਟੀ ਜਿਹੀ ਰਿਕੁਐਸਟ ਵੀ ਹੈ ਹਰ ਵੀਡੀਓ 'ਚ ਮੇਰੀ ਤਕਰੀਬਨ ਹੁੰਦੀ ਹੈ ਅਤੇ ਜਿਹੜੇ ਭਰਾ ਮੇਰੇ ਡੋਗਸ ਟੀ ਵੀ 'ਤੇ ਮੇਰੇ ਨਾਲ ਅਟੈਚ ਹਨ ਉਹ ਹੁਣ ਸਿਆਲ ਡੇਲੀ ਵਲੌਗ 'ਤੇ ਆ ਜਾਣ ਇੰਨਾ ਵੀਡੀਓ ਜਿਹੜੀ ਅਪਡੇਟ ਹੋ ਰਹੀਆਂ ਨੇ ਸਿਆਲ ਡੇਲੀ ਵਲੌਗ 'ਤੇ ਹੋ ਰਹੀ ਮੈਂ ਆਉਂਦਾ ਤੁਹਾਡੇ ਕੋਲ ਆ ਰਿਹਾ ਉੱਧਰ ਹੀ ਬੜਾ ਪਿਆਰਾ ਜਾਨਵਰ ਜੀ ਬੁਲੀ ਬੁਲ ਟਾਇਰ ਮਿਕਸ ਹੈ ਨਾ ਬੁਲੀ ਬੁਲ ਟਾਇਰ ਮਿਕਸ ਹੈ ਜੀ ਕਿਆ ਬਾਤ ਹੈ ਅਰੁਣ ਸਾਹਿਬ ਆਪਕੋ ਹੋਟਾ ਜੀ ਅਰੁਣ ਕਿਆਨੀ ਸਾਹਿਬ ਆਪਕੋ ਹੋਟਾ ਜ਼ਿਲ੍ਹਾ ਰਾਵਲ ਪਿੰਡੀ ਤਹਿਸੀਲ ਕੋਟਾ ਜੀ ਆ ਸਾਡੀ ਛੋਟੀ ਜੀ ਵੀਡੀਓ ਹੈ ਵੀਡੀਓ ਪਸੰਦ ਆਵੇ ਕਮੈਂਟ 'ਚ ਜ਼ਰੂਰ ਦੱਸੋ ਜੀ ਅਤੇ ਅਗਲੀ ਵੀਡੀਓ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਜੀ ਕਿ ਜਾਨਵਰ ਦਾ ਜ਼ਰੂਰ ਦੱਸੋ ਜੀ ਕੈਸਾ ਜਾਨਵਰ ਹੈ ਕੈਸਾ ਇਹਨਾਂ ਦਾ ਸ਼ੌਕ ਸ਼ਿਕਾਰ ਹੈ ਜੀ ਤੁਹਾਡਾ ਕੀ ਨਾਂ ਹੈ ਹੋਰ ਬੋਲੋ ਅਸੀਂ ਕਿਆਨੀ ਸਰ ਜੀ ਅਸੀਂ ਕਿਆਨੀ ਸਰ ਜੀ ਅਤੇ ਜਾਨਵਰ ਲੈ ਕੇ ਆਏ ਜੀ ਬੜਾ ਪਿਆਰਾ ਜਾਨਵਰ ਜੀ ਛੋਟਾ ਲੇਕਿਨ ਕਹਿੰਦੇ ਨੇ ਜ਼ਹਿਰ ਦਾ ਟੋਟਾ ਪੂਰਾ ਗੇਮ ਹੈ ਚੰਗਾ ਪਹਿਲਾ ਮੈਚ ਹੂ ਪਹਿਲਾ ਮੈਚ ਸਰਚ ਕਰੋਗੇ ਨਾ ਸਿਆਲ ਡੇਲੀ ਵਲੌਗ SIAL ਕੈਪ ਦੇ ਕੇ ਡੇਲੀ DAILY ਡੇਲੀ ਅਤੇ ਵਲੌਗ ਅੱਗੇ ਆ ਜਾਏ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੇ ਬੜਾ ਪਿਆਰਾ ਜਾਨਵਰ ਜੀ ਕਮਾਲ ਕਿਸਵੇਂ ਨੰਬਰ 'ਤੇ ਦੱਸਿਆ ਨਹੀਂ ਅੱਛਾ ਇੱਧਰੋਂ ਕਮਰਾ ਵਾਲੇ ਪਾਸਿਓਂ ਜਾਂ ਆਸਮ ਵਾਲੇ ਆਪਣਾ ਅਸਦ ਵਾਲੇ ਪਾਸੋਂ ਅੱਛਾ ਅੱਛਾ ਅਰੁਣ ਕਿਆਨੀ ਸਾਹਿਬ ਜੀ ਵੈਸੇ ਇੰਝ ਕੁੱਤੇ ਜਿਹੜੇ ਇਹਨਾਂ ਨਹੀਂ ਬ੍ਰੇਕ ਲਾਉਂਦੇ ਉੱਡ ਉੱਡ ਪੈਂਦੇ ਜਿਵੇਂ ਇਰਦ ਗਿਰਦ ਕੁੱਤੇ ਨੇ
ਸਪੀਡ ਗੇਮ ਇਹਦੀ ਤੇਜ਼ ਹੋਏਗੀ, ਗੇਮ ਇਹਦੀ ਸਲੋ ਨਹੀਂ ਹੈ। ਹਾਂ